ਲੁਧਿਆਣਾ ਨਗਰ ਨਿਗਮ ਸੇ ਟਾਊਨ ਪਲਾਨਰ ਜਸਦੇਵ ਸਿੰਘ ਸੇਖੋ ਕੇ ਜਨਮ ਦਿਵਸ ਪਰ ਲਾਇੰਸ ਕਲੱਬ ਲੁਧਿਆਣਾ ਮੇਂ ਖੂਨਦਾਨ ਆਂਖੋਂ ਕਾ ਔਰ ਦਾਂਤੋਂ ਕਾ ਕੈਂਪ ਲਗਾਇਆ ਗਿਆ, ਜਿਸਮੇਂ ਲੁਧਿਆਣਾ ਸ਼ਹਿਰ ਕੀ ਜਾਨੀ ਮਾਨੀ ਸ਼ਖਸੀਅਤੋਂ ਕੀ ਔਰ ਸੇ ਭਾਗ ਲਿਆ ਗਿਆ ਔਰ ਸ਼੍ਰੀ ਸੇਖੋ ਕੋ ਮੁਬਾਰਕਬਾਦ ਦੀ ਗਈ। ਇਹ ਕੈਂਪ ਜਸਦੇਵ ਸਿੰਘ ਸੇਖੋ ਕੇ 50ਵੀਂ ਵਰਸ਼ਗਾਂਢ ਕੇ ਉਪਲਕਸ਼ ਮੇਂ ਮਨਾਇਆ ਗਿਆ, ਜਿਸਮੇਂ ਨਗਰ ਨਿਗਮ ਕੇ ਕਈ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਆਪਣੇ ਨਿਗਮ ਆਫਿਸਰ ਕੋ ਮੁਬਾਰਕਬਾਦ ਦੀ ਔਰ ਉਨਕੀ ਲੰਬੀ ਆਯੂ ਕੀ ਕਾਮਨਾ ਵੀ ਕੀ। ਸ਼ਹਿਰ ਕੇ ਸੀਨੀਅਰ ਡਾਕਟਰੋਂ ਕੀ ਔਰ ਸੇ ਇਸ ਕੈਂਪ ਮੇਂ ਆਪਣੀ ਸੇਵਾ ਵੀ ਦੀ। ਜਨਸਵ ਐਕਸਪ੍ਰੈਸ ਟੀਵੀ ਕੇ ਲੀਏ ਲੁਧਿਆਣਾ ਸੇ ਜਸਵਿੰਦਰ ਸਿੰਘ ਕੀ ਰਿਪੋਰਟ। ਸਿਰੇ ਚੜਾਇਆ ਵਾ, ਮੈਨੂੰ ਤਾਂ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਸਰ ਤੁਸੀਂ ਕਿਤੇ ਬਾਹਰ ਨਹੀਂ ਜਾਣਾ, ਵੀ ਤੁਹਾਡੇ ਬਰਡਾ ਬਰਡੇ ਆ 50ਵਾਂ, ਅਸੀਂ ਉਹ 'ਤੇ ਇੱਕ ਕੈਂਪ ਲਾਉਣਾ ਬਲੱਡ ਡੋਨੇਸ਼ਨ ਕੈਂਪ ਦਾ। ਮੈਂ ਕਿਹਾ ਵੀ ਚਲੋ ਚੰਗੀ ਗੱਲ ਆ, ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਆ ਵੀ ਲੋਕਾਂ ਲਈ ਵੀ ਇਹ ਨਵੀਂ ਚੀਜ਼ ਹੋਊਗੀ। ਉਸ ਤੋਂ ਬਾਅਦ ਸਾਡੇ ਦੋਸਤ ਆ ਸਿੱਧੂ ਡੈਂਟਲ ਵਾਲੇ, ਉਹ ਪਹਿਲਾਂ ਵੀ ਬੜਾ ਭੱਲੇ ਦਾ ਕੰਮ ਕਰਦੇ ਆ ਉਹ ਪਿੰਡਾਂ 'ਚ, ਉਹਨਾਂ ਨੇ ਡੈਂਟਲ ਵੈਨ ਬਣਾਈ ਹੋਈ ਆ, ਉਹ ਅਲੱਗ ਅਲੱਗ ਪਿੰਡਾਂ 'ਚ ਜਾ ਕੇ ਕੈਂਪ ਲਾਉਂਦੇ ਆ। ਉਹ ਮੈਨੂੰ ਕਹਿੰਦੇ ਸੇਖੋ ਸਾਹਿਬ ਵੀ ਜਿੱਦਾਂ ਤੁਹਾਡਾ ਉੱਥੇ ਬਲੱਡ ਡੋਨੇਸ਼ਨ ਕੈਂਪ ਲੱਗਣਾ, ਕਹਿੰਦੇ ਅਸੀਂ ਮੁਫਤ ਡੈਂਟਲ ਚੈੱਕਅਪ ਵੀ ਕਰਾਂਗੇ ਅਤੇ ਮੁਫਤ ਦਵਾਈ ਵੀ ਦੇਵਾਂਗੇ। ਇੱਦਾਂ ਹੀ ਇੱਕ ਡਾਕਟਰ ਸਾਹਿਬ ਸਾਡੇ ਆਈਜ਼ ਵਾਲੇ ਆ, ਉਹ ਕਹਿੰਦੇ ਅਸੀਂ ਆਈਜ਼ ਦਾ ਕੈਂਪ ਲਾਵਾਂਗੇ। ਉਹ ਜਿਵੇਂ ਕਹਿੰਦੇ ਵੀ ਮੈਂ ਅਕੇਲਾ ਤੁਰ ਚਲਾ ਥਾ, ਧੀਰੇ ਧੀਰੇ ਕਾਫਲਾ ਬਣਤਾ ਗਿਆ, ਬਲੱਡ ਡੋਨੇਸ਼ਨ ਤੋਂ ਕੈਂਪ ਤੋਂ ਸ਼ੁਰੂ ਹੋਏ, ਡੈਂਟਲ ਵੀ ਚੈੱਕਅਪ ਵੀ ਨਾਲ ਆ ਗਿਆ, ਆਈਜ਼ ਵੀ ਆ ਗਿਆ, ਔਰ ਮੈਂ ਆਪਣੇ ਸੱਜਣਾ ਮਿੱਤਰਾਂ ਦਾ ਜਿਹੜਾ ਨੇ ਇਸ ਕੈਂਪ ਦੇ ਵਿੱਚ ਸਾਥ ਦਿੱਤਾ, ਹੁਣ ਆਪਾਂ ਕਿਸਾਨ ਯੂਨੀਅਨ ਤੋਂ ਮੇਰੇ ਸੱਜਣ ਮੇਰੇ ਨਾਲ ਖੜ੍ਹੇ ਨੇ, ਮੇਰਾ ਪਰਿਵਾਰ, ਮੇਰੀ ਕਾਰਪੋਰੇਸ਼ਨ ਦੇ ਮੁਲਾਜ਼ਮ, ਮੇਰੇ ਦੋਸਤ ਮਿੱਤਰ ਸ਼ਹਿਰ ਵਾਸੀ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਵਾਅਦਾ ਕਰਦਾ ਕਿ ਇਹ ਕੈਂਪ ਹਰ ਸਾਲ ਇੱਦਾਂ ਹੀ ਮੇਰੇ ਬਰਡੇ 'ਤੇ ਲੱਗਦਾ ਰਹੂ। ਕਿੱਦਾਂ ਲੱਗਦਾ ਜਿਵੇਂ ਬਚਪਨ ਤੋਂ ਲੱਗ ਕੇ ਤੁਹਾਡੇ ਹੁਣ ਤੱਕ ਦੇ ਸਾਰੇ ਹੀ ਯਾਰ ਦੋਸਤ ਤੁਹਾਡੇ ਜਿੱਥੇ ਪਹੁੰਚੇ ਆ? ਨਹੀਂ ਜ਼ਿਆਦਾਤਰ ਅੱਧੇ ਤੋਂ ਵੱਧ ਨਹੀਂ ਹੁੰਦਾ, ਭੁੱਲ ਜਾਂਦਾ ਉੱਪਰ ਦੇ ਆਪਣੀ ਸੀਟਾਂ ਜਾ ਕੇ। ਮੈਂ ਅੰਦਰ ਮੈਂ ਬੋਲ ਕੇ ਆਇਆ ਕਿ ਪਹਿਲੀ ਤੋਂ 10ਵੀਂ ਮੈਂ ਗਵਰਨਮੈਂਟ ਮਾਡਲ ਸਕੂਲ ਸਮਿੱਟੀ ਰੋਡ ਪੜ੍ਹਿਆ, ਜਿਹੜਾ ਮੇਰਾ ਉੱਥੇ ਪਹਿਲੀ ਤੋਂ 10ਵੀਂ ਤੱਕ ਦਾ ਮਨੀਟਰ ਹੁੰਦਾ ਸੀ ਸੰਦੀਪ ਸ਼ਰਮਾ, ਉਹ ਵੀ ਇੱਥੇ ਆਇਆ। ਪਲੱਸ ਵਨ ਪਲੱਸ ਟੂ 'ਚ ਸਿੱਧੂ ਮੇਰਾ ਮਨੀਟਰ ਹੁੰਦਾ ਸੀ, ਉਹ ਵੀ ਇੱਥੇ ਆਇਆ। ਕਾਲਜ ਟਾਈਮ ਤੋਂ ਮੇਰੇ ਯਾਰ ਉਹ ਸਾਰੇ ਇੱਥੇ ਖੜ੍ਹੇ ਨੇ, ਮੇਰੀ ਭੰਗੜੇ ਦੀ ਟੀਮ ਇੱਥੇ ਖੜ੍ਹੀ ਆ, ਤੂੰ ਵੀ ਉਹਨਾਂ ਦੇ ਵਿੱਚੋਂ ਹੀ ਆ, ਤੂੰ ਵੀ ਮੇਰੇ ਨਾਲ ਇਨਵੋਲਵ ਰਿਹਾ ਕਲਚਰ ਦੇ ਪੰਗਿਆਂ 'ਚ, ਠੀਕ ਨਹੀਂ? ਅਤੇ ਮੈਨੂੰ ਬੜੀ ਖੁਸ਼ੀ ਆ ਕਿ ਮੇਰੀ ਪਹਿਲੀ ਕਲਾਸ ਤੋਂ ਲੈ ਕੇ ਅੱਜ ਤੱਕ ਜਿੱਥੇ ਮੈਂ ਨੌਕਰੀ ਕਰਦਾ ਉਦੋਂ ਤੱਕ ਦਾ ਹਰ ਬੰਦਾ ਮੇਰੀ ਜ਼ਿੰਦਗੀ 'ਚ ਜਿਹੜਾ ਆਇਆ ਉਹ ਅੱਜ ਇਸ ਕੈਂਪ 'ਚ ਆਇਆ। ਮੈਂ ਇਸ ਗੱਲੋਂ ਰੱਬ ਦਾ ਸ਼ੁਕਰ ਕਰਦਾ ਕਿ ਮੈਨੂੰ ਮੇਰੇ ਸੱਜਣਾ ਮਿੱਤਰਾਂ ਦਾ ਇੰਨਾ ਪਿਆਰ ਮਿਲਿਆ। ਦੇਖੋ ਜਿਹੜਾ ਸੋਸ਼ਲ ਮੀਡੀਆ ਦੇ ਸੁਧਾਰ ਨੇ ਨਾ, ਉਹ ਸੋਸ਼ਲ ਮੀਡੀਆ ਦੇ ਮੁੱਕ ਜਾਂਦੇ ਆ। ਮੈਂ ਬਥੇਰੇ ਅਸੀਂ ਤੁਹਾਡੇ ਚੈਨਲਾਂ ਦੇ ਥਰੂ ਵਿੱਚ ਦੇ ਕੇ ਦੇਖ ਲਏ ਮੈਸੇਜ ਵੀ ਨਹਿਰ ਨੂੰ ਗੰਦਾ ਨਾ ਕਰੋ, ਸਾਰੀ ਦੁਨੀਆ ਕਹਿ ਕਹਿ ਮਰ ਗਏ ਸਿਆਣੇ ਲੋਕ ਵੀ ਦਰਖਤ ਲਾਓ, ਠੀਕ ਆ, ਫਿਰ ਵੀ ਕੋਈ ਦਰਖਤ ਲਾ ਰਿਹਾ। ਸੋਸ਼ਲ ਮੀਡੀਆ ਦੇ ਮੈਸੇਜ ਸਿਰਫ ਸੁਣ ਕੇ ਕੰਨੋਂ ਕੱਢਣ ਵਾਲੀ ਗੱਲ ਆ। ਹਾਂ, ਜੇ ਤੁਹਾਡੇ ਘਰ ਕੋਈ ਖੁਸ਼ੀ ਆ, ਉਹਨੂੰ ਤੁਸੀਂ ਕਿਸੇ ਗਰੀਬ ਨਾਲ, ਕਿਸੇ ਨੀ ਅਨਾਥ ਹਾਲਿਆਂ ਨਾਲ, ਕਿਸੇ ਬਿਰਧ ਆਸ਼ਰਮ ਨਾਲ ਵੰਡੋ, ਤੁਹਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਆ। ਬਾਕੀ ਹਰ ਬੰਦੇ ਦੀ ਆਪਣੀ ਸੋਚ ਆ, ਕਿਸੇ ਨੂੰ ਕੁਛ ਕਹਿਣ ਦਾ ਕੋਈ ਫਾਇਦਾ ਨਹੀਂ, ਸਭ ਪੜ੍ਹੇ ਲਿਖੇ ਸਿਆਣੇ ਨੇ, ਆਪਦਾ ਕਰਮ ਕਰਦੇ ਚੱਲੋ। ਮੈਂ ਤਾਂ ਬੇਨਤੀ ਕਰੂੰਗਾ ਲੁਧਿਆਣਾ ਵਾਸੀਆਂ ਨੂੰ ਵੀ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਜ਼ਰੂਰੀ, ਹਰ ਘਰ ਆਪਦੇ ਘਰ ਦੇ ਬਾਹਰ ਇੱਕ ਸਾਡਾ ਪੰਜਾਬ ਦਾ ਰੁੱਖ ਲਾਵੇ, ਪਾਮ ਜਾਂ ਖਜੂਰ ਨਾ ਲਾਵੇ, ਜੇ ਤੁਸੀਂ ਆਪਣੇ ਬੱਚਿਆਂ ਨੂੰ ਬਚਾਉਣਾ। ਨਹੀਂ, ਅੱਜ ਐਤਕੀ 46-47 ਡਿਗਰੀ ਆ, ਅਗਲੇ ਸਾਲ 50 ਡਿਗਰੀ ਪੱਕਾ ਲਓ, ਅਤੇ 50 ਤੋਂ ਬਾਅਦ ਫਿਰ ਬੰਦੇ ਡਿੱਗਣੇ ਸ਼ੁਰੂ ਹੋ ਜਾਂਦੇ ਆ। ਜਿਹੜਾ ਅਸੀਂ ਵੀ ਦਰੱਖਤਾਂ ਦਾ ਮਸਲਾ ਚੱਕਿਆ ਸੀ ਵੀ ਐਤਕੀ ਆਪ ਮੂਹਰੇ ਹੋ ਕੇ ਅਸੀਂ ਦਰੱਖਤ ਲਾ ਰਹੇ ਹਾਂ,
ਉਹੀ ਸੇਖੋਂ ਸਾਹਿਬ ਨੇ ਸਾਨੂੰ ਇੱਥੇ ਜਿਹੜੇ ਬੂਟੇ ਦਿੱਤੇ ਆ ਕੁਦਰਤ ਨੂੰ, ਕਿਉਂਕਿ ਪਰਮਾਤਮਾ ਦੀਆਂ ਦੋ ਹੀ ਸ਼ਕਤੀਆਂ ਨੇ, ਇੱਕ ਆਪ ਪਰਮਾਤਮਾ ਦੀ ਸ਼ਕਤੀ ਹੈ, ਇੱਕ ਕੁਦਰਤ, ਕਿਉਂਕਿ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ, ਸਭ ਤੇਰੀ ਕੁਦਰਤ ਨੂੰ ਕਾਦਰ ਕਰਦਾ ਪਾਕੀ ਨਾਈ ਪਾਕ। ਸਭ ਤੋਂ ਵੱਡੀ ਜਿਹੜੀ ਪਰਮਾਤਮਾ ਦੀ ਕੁਦਰਤ ਆ, ਹਵਾ ਹਵਾ ਪੰਜੇ ਤੱਤ ਆ, ਇਹ ਆਪਾਂ ਨੂੰ ਫ੍ਰੀ 'ਚ ਮਿਲੇ ਆ, ਤਾਂ ਆਪਾਂ ਸਤਿਕਾਰ ਨਹੀਂ ਕਰਦੇ। ਉਹ ਏਰੀਆ ਦੇਖੋ ਜਿੱਥੇ ਜਾ ਕੇ ਆਪਾਂ ਨੂੰ ਪਾਣੀ ਮੁੱਲ ਲੈਣਾ ਪੈਂਦਾ, ਉੱਥੇ ਬੜਾ ਬੁਰਾ ਹਾਲ ਆ। ਆਪਾਂ ਨੂੰ ਅੱਗ ਪਾਣੀ ਸਾਰਾ ਕੁਛ ਹਵਾ ਪਰਮਾਤਮਾ ਨੇ ਫ੍ਰੀ ਦੇ ਵਿੱਚ, ਧਰਤੀ ਆਕਾਸ਼ ਇਹ ਫ੍ਰੀ ਦੇ ਵਿੱਚ ਦਿੱਤਾ, ਤਾਂ ਆਪਾਂ ਇਹਦੀ ਕਦਰ ਨਹੀਂ ਕਰਦੇ। ਕੁਦਰਤ ਨੂੰ ਪਿਆਰ ਕਰੋ, ਤਾਂ ਕਿ ਹਿਮਾਚਲ ਜਾਂਦੇ ਆਪਾਂ, ਉੱਥੇ ਆਪਣੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ, ਆਪਾਂ ਇਸ ਪੰਜਾਬ ਨੂੰ ਹੀ ਹਿਮਾਚਲ ਬਣਾ ਦਈਏ, ਇੰਨੇ ਕੁ ਦਰਖਤ ਲਾਈਏ ਤਾਂ ਜੋ ਆਪਾਂ ਕੁਦਰਤ ਜਿਹੜਾ ਆਪਣਾ 36 ਹੋਇਆ, ਅਗਲੀ ਵਰਸ਼ 50 ਨਾ ਹੋਵੇ, 46 ਤੋਂ 36 ਹੋ ਜੇ, ਇੰਨਾ ਆਪਾਂ ਯੋਗਦਾਨ ਪਾਈਏ।